ਸੋਹਰਿਆਂ ਦੇ ਘਰ ਹੁੰਦਾ ਡੀਸੀ ਜਿੰਨਾ ਰੋਬ ਜੱਟਾਂ ਦੇ ਜਵਾਈ ਦਾ ਜਵਾਈ ਦਾ ਤਾਂ ਪਤਾ ਨਹੀਂ ਵੀ ਰੋਬ ਹੈਗਾ ਕਿ ਨਹੀਂ ਪਰ ਸੋਹਰਿਆਂ ਦਾ ਯੂਟਿਊਬ ਵਾਲਿਆਂ ਦੇ ਉੱਤੇ ਬਹੁਤ ਰੋਬ ਆ ਜਿੰਨੀ ਵਾਰ ਵੀ ਸੋਹਰਿਆਂ ਦੇ ਰਿਲੇਟਡ ਕੋਈ ਵੀ ਵੀਡੀਓ ਪਾਈ ਆ ਹਮੇਸ਼ਾ ਟ੍ਰੈਂਡਿੰਗ 'ਚ ਗਈ ਆ ਦੇਖਦੇ ਹਾਂ ਵੀ ਰਿਕਾਰਡ ਸੋਹਰੇ ਵਾਲੇ ਮੇਨਟੇਨ ਰੱਖ ਪਾਉਂਦੇ ਆ ਕਿ ਨਹੀਂ ਇਹ ਜਿਹੜਾ ਤੁਸੀਂ ਮੈਨੂੰ ਖੁਸ਼ ਦੇਖ ਰਹੇ ਹੋ ਉੱਪਰ ਉੱਪਰੋਂ ਮੈਂ ਵਿੱਚੋਂ ਬਾਹਲਾ ਜ਼ਿਆਦਾ ਦੁਖੀ ਹਾਂ ਕਿਉਂਕਿ ਸਿਰਫ ਇੱਕ ਕੱਲ੍ਹ ਦਾ ਦਿਨ ਰਹਿ ਗਿਆ ਉਸ ਤੋਂ ਬਾਅਦ ਕਨੇਡਾ ਦੀ ਟਿਕਟ ਸ਼ਾਨ ਨੇ ਲੈ ਲਈ ਮੈਂ ਨਹੀਂ ਚਾਹੁੰਦਾ ਸੀ ਟਿਕਟ ਲੈਣਾ ਪਰ ਉਹਦੇ ਵੀਜ਼ੇ ਆ ਪਰਮਿਟਾਂ ਦੇ ਬਹੁਤ ਜ਼ਿਆਦਾ ਚੱਕਰ ਪਏ ਹੋਏ ਨੇ ਸ਼ਾਨ ਦੇ ਸੋ ਇਸ ਕਰਕੇ ਆਪਾਂ ਉਸ ਹਿਸਾਬ ਨਾਲ ਉਹਨਾਂ ਨੇ ਟਿਕਟ ਕਰਾ ਲਈ ਬਸ ਇੱਕਦਮ ਹੀ ਦੋ ਦਿਨ ਪਹਿਲਾਂ ਹੀ ਸਾਨੂੰ ਪਤਾ ਲੱਗਾ ਵੀ ਦੋ ਦਿਨ ਬਾਅਦ ਚੋਂ ਸਾਡੀ ਟਿਕਟ ਆ ਮੈਂ ਤਾਂ ਹੋਰ ਇੱਕ ਦੋ ਕੰਪਨੀਆਂ ਵੀ ਖੋਲ ਕੇ ਜਾ ਰਿਹਾ ਸੀ ਇਨਵੈਸਟਮੈਂਟ ਕਰਨੀ ਸੀਗੀ ਸੋ ਪਰ ਮੈਨੂੰ ਸ਼ਾਨ ਦੇ ਨਾਲ ਜਾਣਾ ਪੈਣਾ ਹੀ ਆ ਜ਼ਰੂਰੀ ਆ ਸੋ ਮੈਂ ਦਿਲ ਤੇ ਐਡਾ ਬੜਾ ਪੱਥਰ ਰੱਖ ਕੇ ਹੁਣ ਬਸ ਤਿਆਰੀ ਕਰ ਰਿਹਾ ਵਾ ਇੰਨੇ ਜ਼ਿਆਦਾ ਕੰਮ ਨੇ ਇੱਕ ਦਿਨ ਆ ਮੇਰੇ ਕੋਲ ਕੱਲ੍ਹ ਦਾ ਉਹਦੇ ਵਿੱਚ 100 ਕੰਮ ਨੇ ਮਿਲਣਾ ਵੀ ਆ ਲੋਕਾਂ ਨੂੰ ਇਹ ਡਰੈਸ ਦੇ ਵੀ ਬਾਹਲੇ ਜ਼ਿਆਦਾ ਕੰਮ ਨੇ ਮੈਂ ਗਰਾਉਣੇ ਸ਼ੁਰੂ ਵੀ ਨਹੀਂ ਕਰਨੇ ਲਿਸਟ ਮੁੱਕਣੀ ਨਹੀਂ ਹੈਗੀ ਅਤੇ ਮੈਨੂੰ ਨਹੀਂ ਪਤਾ ਵੀ ਕਿਵੇਂ ਉਹ ਸਾਰੇ ਕੰਮ ਹੋਣਗੇ ਅਤੇ ਨਾਲ ਦੀ ਨਾਲ ਹੌਲ ਜੇ ਵੀ ਪੈਣੇ ਸ਼ੁਰੂ ਹੋ ਗਏ ਵੀ ਜਿਹੜੇ ਹੁੰਦੇ ਨੇ ਵੀ ਹੁਣ ਘਰੋਂ ਜਾਣਾ ਪੈਣਾ ਪਹਿਲਾਂ ਬਹੁਤ ਘੱਟ ਹੁੰਦਾ ਸੀ ਪਰ ਇੱਕ ਯਾਰ ਮਹੀਨੇ ਹੀ ਬਹੁਤ ਹੋ ਗਏ 6-7 ਅੱਧਾ ਸਾਲ ਹੋ ਗਿਆ ਮੈਨੂੰ ਇਸ ਟਾਈਮ ਇੰਡੀਆ ਆਏ ਨੂੰ ਸੋ ਜਾਣ ਦਾ ਬਿਲਕੁਲ ਜੀ ਨਹੀਂ ਕਰ ਰਿਹਾ ਬਿਲਕੁਲ ਰੂਹ ਨਹੀਂ ਕਰ ਰਹੀ ਪਰ ਜਾਣਾ ਤਾਂ ਪੈਣਾ ਹੀ ਹੈ ਜਾਣਾ ਕੋਈ ਮਜਬੂਰੀ ਵੀ ਨਹੀਂ ਹੈਗੀ ਪਰ ਹੁਣ ਸ਼ਰਨ ਦਾ ਪੀਆਰ ਵਗੈਰਾ ਸਾਰਾ ਕੁਝ ਦੇਖਣਾ ਉੱਥੇ ਜਾ ਕੇ ਹੈ ਨਾ ਮੈਂ ਤੇ ਰਵੀ ਤਾਂ ਪੀਆਰ ਆ ਸੋ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਸੋ ਅੱਜ ਆਪਾਂ ਚੱਲੇ ਹਾਂ ਸਾਰੇ ਕਿਉਂਕਿ ਇੱਕ ਦਿਨ ਰਹਿ ਗਿਆ ਸ਼ਰਨ ਨੇ ਉੱਧਰੋਂ ਦਵਾਈ ਵੀ ਲੈਣੀ ਸੀ ਮੈਂ ਕਿਹਾ ਚੱਲ ਹੁਣ ਜੇ ਦਵਾਈ ਲੈਣੀ ਆ ਤਾਂ ਉੱਧਰ ਵੀ ਜਾ ਆਉਂਦੇ ਨਾਲੇ ਸਾਰਿਆਂ ਨੂੰ ਗੁੱਡ ਬਾਈਸ ਕਹਿ ਆਵਾਂਗੇ ਟਾਈਮ ਹੋ ਚੁੱਕਿਆ ਵਾ ਸ਼ਾਮ ਦੇ 4 ਵਜੇ ਆ ਸੋ ਆਪਾਂ ਚੱਲਦੇ ਹਾਂ ਬਸ ਉੱਥੇ ਰਾਤ ਹੀ ਕੱਟਣੀ ਉਸ ਤੋਂ ਬਾਅਦ ਆਉਂਦੇ ਹੋਏ ਸ਼ਾਇਦ ਪਰਮ ਨੂੰ ਵੀ ਮਿਲ ਲਈਏ ਸੋ ਤਿਆਰੀਆਂ ਕਰਦੇ ਹਾਂ ਸਾਰਿਆਂ ਦੀ ਪਰ ਜਦੋਂ ਕਦੇ ਸਹੁਰਿਆਂ ਦੇ ਪਿੰਡ ਜਾਈਦਾ ਚੁੱਪ ਕਰਕੇ ਜਾਈਦਾ ਨਹੀਂ ਫਿਰ ਸਰਬਤ ਵੀ ਕਰਦੇ ਆ ਸਹੁਰੇ ਚੁੱਪ ਕਰਕੇ ਲੰਘ ਜਾਓ ਧੁੱਪੇ ਧੁੱਪੇ ਅਰਜੈਂਟ ਪਲਾਨ ਸੀਗਾ ਸੋ ਅਰਜੈਂਟ ਪਲਾਨ ਵਾਂਗੂ ਹੀ ਆਪਣੀ ਤਿਆਰੀ ਆ ਮੰਮੀ ਉਹਨਾਂ ਨੂੰ ਕਿਹਾ ਸੀ ਮੈਂ ਬੈਗ ਚੱਕ ਲੈਣਾ ਉਹ ਕਹਿੰਦੇ ਨਹੀਂ ਤੂੰ ਵੀਡੀਓ ਬਣਾ ਲਾ ਸੋ ਚੱਲਦੇ ਹਾਂ ਆਪਾਂ ਜੀ ਸਹੁਰੇ ਲੈ ਵੀ ਹੁਣ ਇਹਦੇ ਪਿੰਡ ਜਾਣਾ ਸੇਵਾ ਕਰੋ ਤਾਂ ਹੀ ਸੇਵਾ ਹੋਊਗੀ ਅੱਗੇ ਜਾ ਕੇ ਓਕੇ ਗਾਇਸ ਸੀ ਯੂ ਲੇਟਰ ਓ ਹੋ ਨਵੀਂ ਫੁੱਟਬਾਲ ਅੱਜ ਤਾਂ ਸ਼ਰਨ ਗੋਲੀ ਵੀ ਲਈ ਆ ਰਿਹਾ ਤਾਂ ਫਿਰ ਇਹਨੂੰ ਹਮੇਸ਼ਾ ਉਲਟੀ ਆ ਜਾਂਦੀ ਹੈ ਗੱਡੀ ਦੇ ਵਿੱਚ ਡੀਜ਼ਲ ਵਾਲੀ ਗੱਡੀ ਨਹੀਂ ਇਹ ਤਾਂ ਹੈਗੀ ਵੀ ਪੈਟਰੋਲ ਵਾਲੀ ਇਹ 'ਚ ਵੀ ਕਿਆ ਕਹਿਣਾ ਚਾਹੋਗੇ ਆਪ ਹੈ ਗੱਡੀ ਰੋਕ ਲੈਣਾ ਰੈਸਟ ਕਰ ਲੈ ਪਿੰਡ ਤੇਰੇ ਚੱਲਿਆ ਤੈਨੂੰ ਤਾਂ ਚਾਹ ਚੜ੍ਹਿਆ ਹੋਣਾ ਚਾਹੀਦਾ ਸਾਈਡ ਤੇ ਤਾਂ ਟੋਬੇ ਬਣਾਏ ਪਏ ਨੇ ਵਿੱਚ ਬੱਚੇ ਵੀ ਨਹਾ ਸਕਦੇ ਇੰਨਾ ਜ਼ਿਆਦਾ ਬੁਰਾ ਹਾਲਾ ਰੋਡ ਦੇਖ ਲਓ ਲੈਟਰੀ ਰੋਡ ਆ ਜਮਾਂ ਹੀ ਟੁੱਟੀ ਪਈ ਆ ਜਮਾਂ ਹੀ 5-10 ਦੀ ਸਪੀਡ 15 ਤੇ ਚਲਾਉਣਾ ਪੈਂਦੀ ਹੈ ਗੱਡੀ ਕਈ ਤਾਂ ਐਵੇਂ ਨਹੀਂ ਪਤਾ ਲੱਗਦਾ ਕਿੱਧਰੋਂ ਜੀ ਗੱਡੀ ਬੜੇ ਕੁੱਤੇ ਰੱਖੇ ਹੋ ਤੁਸੀਂ ਇੱਕ ਪਹਿਲਾਂ ਨਿਕਲ ਗਿਆ ਦੂਜਾ ਅੰਦਰ ਵਾਲੇ ਹੋਊਗਾ ਨਾ ਸ਼ੇਰੂ ਲਿਆਓ ਵੀ ਖੀਰ ਪੂੜੇ ਲਿਆਓ ਲਿਆਓ ਰੱਖ ਲਓ ਮੈਂ ਪਹਿਲੀ ਵਾਰ ਖਾਣੇ ਆ ਗਿਆ ਜੀ ਸਟਾਰਟਰਸ ਇਹ ਸ਼ਾਨ ਦੱਸਤਾ ਜਾ ਹਾਂਜੀ ਰੋਟੀ ਵੀ ਰੈਡੀ ਹੈ ਤੁਹਾਡਾ ਇਹ ਸਟਾਰਟਰਸ ਨੇ ਕੀ ਆ ਇਹ ਮਾਲ ਪੂੜੇ ਫੋਨ ਦੀ ਫਲੈਸ਼ ਲਾਈਟ ਦਾ ਕੰਮ ਕਰ ਰਹੀ ਆ ਤੁਸੀਂ ਮੰਮੀ ਕੀ ਕਹਿ ਰਹੇ ਸੀਗੇ ਮੈਂ ਕਿਹਾ ਮੈਂ ਸਭ ਤੋਂ ਪਹਿਲਾਂ ਦਾਦੂ ਦੇ ਨਾਨਕੇ ਖਾਦੇ ਸੀਗੇ ਜੀ ਖੇਪੜ ਪਿੰਡ ਅੱਛਾ ਜੀ ਉਹਨਾਂ ਨੇ ਬਣਾਏ ਸੀ ਚਲੋ ਆਪਾਂ ਵੀ ਇੰਜੋਏ ਕਰਦੇ ਆ ਲੋ ਜੀ ਹੁਣ ਆਪਣਾ ਡਿਨਰ ਛਕਣ ਦਾ ਟਾਈਮ ਆ ਗਿਆ ਡਿਨਰ ਖਾਂਦੇ ਆ ਰੋਟੀ ਖਾਂਦੇ ਆ ਅਜੇ ਲਿਆ ਰਹੇ ਆ ਤਾਂ ਆਏ ਪਮਕੜੇ ਜਿਹੜੇ ਫਿਰਦਾ ਬਾਹ ਤੇ ਯੋਦਾ ਕਿਆ ਹੋ ਰਹੀ ਆ ਸੇਵਾ ਫਿਰ ਨਜ਼ਾਰਾ ਆ ਗਿਆ ਬਾਹਰ ਪੈ ਕੇ ਬਾਹਲੀ ਵਧੀਆ ਨੀਂਦ ਆਈ ਬਸ ਤੜਕੇ ਉੱਠ ਕੇ ਇਹਨਾਂ ਨੇ ਆਹ ਵਾਲੀ ਲਾਈਟ ਲਾ ਲਈ ਉਦੋਂ ਅੱਖ ਖੁੱਲ ਗਈ ਆਹੀ ਟਾਈਮ ਚੋਣੇ ਉਹਨੇ ਤਾਰਾ ਸ਼ਾਮ ਨੂੰ ਵੀ ਚੋਣੇ ਉਹਨੇ ਕੋਲ ਬਸ ਇੱਕ ਟਾਈਮ ਅੱਛਾ ਤਿੰਨੇ ਮੱਝਾਂ ਦਿੰਦੀਆਂ ਨੇ ਦੁੱਧ
ਤੂੰ ਮਾਈਂਡ ਕਰ ਕੇ ਵੀ ਤੇਰੀ ਨੂੰ ਵੀਡੀਓ ਬਣਾਈ ਹੈ ਹਾਂ ਯਾੜੀ ਚਾਹ ਪੀ ਲਈ ਤੇ ਹੈ ਵੀ ਰਾਜ ਕੱਲੀਆਂ ਪਕੌੜੀਆਂ ਖਾਈ ਜਾਂਦਾ ਹੈ ਤੇਲ ਨਹੀਂ ਪਿਆ ਚੱਲ ਡਾਊਨ ਆ ਬੰਦਾ ਇੰਜਣ ਫਿਰ ਸਟਾਰਟ ਹੋਊਗਾ ਹਾਲੇ ਹੌਲੀ ਹੌਲੀ ਦਿਨ ਚੜ੍ਹੇ ਤੋਂ ਆ ਚੱਲੀ ਸ਼ਾਨ ਹੁਣ ਦਵਾਈ ਲੈਣ ਸਵੇਰੇ ਆ ਮੰਜਿਆਂ 'ਤੇ ਮਤਲਬ ਰਾਤ ਉੱਤੇ ਸੀਗੇ ਪੈ ਕੇ ਨਜ਼ਾਰਾ ਆ ਗਿਆ ਤਾਰਿਆਂ ਦੀ ਸ਼ਾਮ ਲਈ ਜਿਹੜਾ ਪਹਿਲੇ ਪਿਛਲੀ ਵਾਰ ਗਾਣਾ ਗਾਇਆ ਸੀਗਾ ਫੋਨ ਚੱਕ ਲਿਆ ਬਾਏ ਬੇ ਲੈ ਕੇ ਨਹੀਂ ਗਏ ਤੈਨੂੰ ਬੁਧਰੀ ਬਿਠਾ ਕੇ ਗੱਡੀ 'ਚ ਮਾੜੀ ਕੀਤੀ ਤੇਰੇ ਨਾਲ ਗੱਡੀ ਕੌਣ ਚਲਾਉਂਦਾ ਸੀਗਾ ਗੱਡੀ ਕੌਣ ਚਲਾਉਂਦਾ ਸੀ ਜੋਧਾ ਵਧੀਆ ਲੱਗਦਾ ਤੁਸੀਂ ਤੈਨੂੰ ਜੇ ਖੜਕੇ ਵਾਲਾ ਸ਼ੀਸ਼ਾ ਦੇਖਦੇ ਹਾਂ ਤਾਂ ਮਾਂਗਟ ਫੈਮਿਲੀ ਦੇ ਹਿਸਾਬ ਨਾਲ ਨਹੀਂ ਲਾਇਆ ਮਾਂਗਟ ਫੈਮਿਲੀ ਦੇ ਹਿਸਾਬ ਨਾਲ ਸ਼ੀਸ਼ਾ ਵਾਲਾ ਹੀ ਲਾਉਂਦਾ ਇਹਨਾਂ ਦੇ ਹਿਸਾਬ ਆ ਫਿਰ ਆਪਾਂ ਨੂੰ ਐਂ ਮਾਲ ਹੋਣੇ ਪੈਂਦੇ ਮਾਂਗਟ ਫੈਮਿਲੀ ਹੁਣ ਤਾਂ ਚੱਲੇ ਵੀ ਮਾਂਗਟ ਫੈਮਿਲੀ ਆ ਪਰ ਇਹਨਾਂ ਨੇ ਆਪਣੇ ਹਿਸਾਬ ਨਾਲ ਸ਼ੀਸ਼ਾ ਲਾਇਆ ਮੈਨੂੰ ਦੇਖ ਮੈਨੂੰ ਕੋਈ ਦੇਖੀ ਨਹੀਂ ਆਪਾਂ ਨੂੰ ਐਂ ਕਰਕੇ ਮਾਲ ਪਾਉਣੇ ਪੈਂਦੇ ਆ ਪਰ ਇਹ 'ਚ ਦੇਖ ਕੇ ਵੀ ਬਹੁਤ ਅੱਦਰ ਇਹਦੇ ਉੱਪਰ ਸਕਰੀਨ ਲੱਗੀ ਹੋਈ ਆ ਸੋ ਹੁਣੇ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣੀ ਸਹੁਰਿਆਂ ਦੇ ਘਰ ਦੀ ਸੋ ਇਹਨਾਂ ਦੇ ਇੱਕ ਘਰ ਏ ਸੀ ਆ ਇਹਨਾਂ ਨੇ ਉਹ ਆਹ ਰੂਮ 'ਚ ਲਵਾਇਆ ਹੋਇਆ ਮੈਂ ਤੁਹਾਨੂੰ ਇਹ ਰੂਮ ਦਿਖਾਉਣਾ ਕਿਹੜਾ ਵਾ ਸਤ ਗੁਰ ਲਾਗੇ ਸਾਚੇ ਪਾਏ ਪੇਰੋਂ ਵਿੱਚ ਤੋ ਜੀ ਮਹਾਰਾਜ ਸਾਹਿਬ ਦੀ ਸਵਾਰੀ ਦਾ ਪ੍ਰਕਾਸ਼ ਹੋ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੈਸੇ ਹੋ ਤਾਂ ਹੁਣ ਦੁਪਹਿਰਾ ਗਿਆ ਪਰ ਆਪਾਂ ਹੁਣ ਹੀ ਪਾਠ ਕਰ ਲੈਂਦੇ ਹਾਂ ਟਾਈਮ ਦਾ ਐਡਾ ਵੱਡਾ ਚੱਕਰ ਵੀ ਨਹੀਂ ਹੈਗਾ ਵੈਸੇ ਹੈਗਾ ਵੀ ਇਹਦਾ ਅੰਮ੍ਰਿਤ ਵੇਲੇ ਆ ਨਾ ਪਰ ਤੂੰ ਨਹੀਂ ਖਾਣੀ ਰੋਟੀ ਤੁਸੀਂ ਵੀ ਐਂ ਗਏ ਜੀ ਵੀਡੀਓ 'ਚ ਇਹ ਕਹਿੰਦੇ ਖਾਲਾ ਰੋਟੀਆਂ ਨਹੀਂ ਗਿਣਦੇ ਸਹੁਰੇ ਤੇਰੀਆਂ ਰੋਟੀਆਂ ਹੈਡਫੋਨ ਤੇਰੇ ਕੋਲ ਨੇ ਮੇਰੇ ਨਾ ਘਰਦੇ ਮੈਂ ਤੇਰੀ ਪਿੰਡ ਚੱਲੇ ਆਪਾਂ ਰਾਹ ਵਿੱਚ ਪਰਮ ਦੇ ਘਰੇ ਵੀ ਰੁਕਾਂਗੇ ਪਰ ਆਪਾਂ ਆਹ ਵਾਲੇ ਵਲੌਗ ਦਾ ਉਰੀ ਐਂਡ ਕਰਦੇ ਆ ਸ਼ਨ ਕਿਵੇਂ ਲੱਗ ਰਿਹਾ ਤੈਨੂੰ ਮੈਨੂੰ ਵਧੀਆ ਲੱਗ ਰਿਹਾ ਹੁਣ ਜੀ ਤਾਂ ਇਹਨਾਂ ਨੂੰ ਕੈਨੇਡਾ ਨੇ ਜਹਾਜ਼ ਚੜ੍ਹਨ ਦੇ ਤਾ ਫਿਰ ਤਾਂ ਇਹ ਕਾਫੀ ਦੇਰ ਬਾਅਦ ਆਊਗੇ ਆਪਣੇ ਘਰੇ ਜੇ ਨਾ ਦਿੱਤਾ ਫਿਰ ਤਾਂ ਨਾ ਸ਼ਨ ਕਿਹੜੇ ਵੱਜਦੇ ਰਹਿਣਗੇ ਕਿਹੜੀ ਵੱਜਦੀ ਰਹੂਗੀ ਰਹਿਣਾ ਜਿੰਨਾ ਚਿਰ ਨਹੀਂ ਤੂੰ ਮਿੱਤਰਾਂ ਨੂੰ ਹਾਂ ਕਰਦੀ ਇਹ ਤਾਂ ਤੂੰ ਜਮਾਂ ਜਮਾਂ ਨਹੀਂ ਰੋਈ ਮੈਂ ਤਾਂ ਸੀ ਵੀ ਤੂੰ ਰੋਏਂਗੀ ਕਿ ਤੈਨੂੰ ਵੀ ਡਾਊਟ ਹੀ ਸੀਗਾ ਕੈਮਰਾ ਕਹਿੰਦੀ ਪਹਿਲਾਂ ਤੁਸੀਂ ਕੈਮਰਾ ਨਹੀਂ ਬੰਦ ਕੀਤਾ ਨਹੀਂ ਬਾਅਦ 'ਚੋਂ ਤਾਂ ਕਰਤਾ ਸੀਗਾ ਮੰਮੀ ਨੇ ਵੀ ਮਾਸਕ ਲਾਇਆ ਹੋਇਆ ਯੋਧੇ ਨੇ ਵੀ ਮਾਸਕ ਲਾਇਆ ਤੂੰ ਨੀ ਲਾਇਆ ਕੱਲੀ ਚੰਗਾ ਜੀ ਲਵ ਯੂ ਬਾਏ ਸਾਰਿਆਂ ਨੂੰ ਮਿਲਦੇ ਅਗਲੇ ਵਲੌਗ ਦੇ ਵਿੱਚ ਟੇਕ ਕੇਅਰ